Hello and welcome to Delhi IAS Patiala in this video lecture we'll try to understand about the electromagnetic spectrum so this topic is often seen seen in news and it is a very relevant topic for our examinations bt upsc or state pcs te apan jehda topic hai aksar jivein apan kehnde ha bi it becomes to difficult to understand but hai kuch ni basic da topic hai thode basic understanding jehde bi ide ek apan kehnde one layer niche de concepts je clear ho jande ne ta eh topic clear ho juga ਤੇ ਆਪਾਂ ਡਾਈਵਿੰਗ ਕਰਦੇ ਹਾਂ ਸਮਝਣ ਲਈ ਵੀ ਕੀ ਹੈ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਪਹਿਲਾਂ ਤਾਂ ਇਹ ਸਮਝਣ ਤੋਂ ਪਹਿਲਾਂ ਆਪਾਂ ਸਮਝਦੇ ਹਾਂ ਦਿਸ ਵਰਡ ਸਪੈਕਟ੍ਰਮ ਸਪੈਕਟ੍ਰਮ ਕੀ ਹੁੰਦਾ ਤੁਸੀਂ ਸਪੋਜ਼ ਕਰੋ ਆਪਾਂ ਕਿਸੇ ਕੋਈ ਪਾਰਟਿਕੂਲਰ ਤੁਸੀਂ ਇੱਕ ਸ਼ਾਪ ਤੇ ਜਾਂਦੇ ਹੋ ਰਜਿਸਟਰਸ ਲੈਣ ਲਈ ਨੋਟਬੁక్స్ ਲੈਣ ਲਈ ਜਾਂਦੇ ਹੋ ਤੇ ਉੱਥੇ ਦੇਖਦੇ ਹੋ ਤੁਸੀਂ ਵੈਰਾਈਟੀ ਆਫ ਰਜਿਸਟਰਸ ਸ਼ੋਅ ਕਰਦੇ ਨੇ ਤੁਹਾਨੂੰ ਉਹ ਦੇ ਆਲ ਆ ਰਜਿਸਟਰਸ ਬਟ ਵੈਰਾਈਟੀਆਂ ਨੇ ਮਤਲਬ ਕਿ ਕੋਈ ਸਿੰਗਲ ਲਾਈਨਡ ਹੈ ਹਨਾ ਕੋਈ ਪਲੇਨ ਹੈ ਇਦੇ ਵਿੱਚ ਕਿਸੇ ਤੇ ਵਿੱਚ ਐਵੇਂ ਮਲਟੀਪਲ ਲਾਈਨਸ ਨੇ ਸਕੁਆਇਰਸ ਟਾਈਪ ਹੁੰਦੇ ਨੇ ਤਾਂ ਇਹ ਕੀ ਨੇ ਇੱਕ ਡਾਈਵਰਸਿਟੀ ਹੈ ਇੱਕ ਵੈਰਾਈਟੀਆਂ ਨੇ ਆਫ ਰਜਿਸਟਰ ਸਿਮਿਲਰਲੀ ਸਪੈਕਟ੍ਰਮ ਦੇ ਵਿੱਚ ਆਪਾਂ ਕੀ ਦੇਖਾਂਗੇ ਇਸ ਪਾਰਟਿਕੂਲਰ ਜੇ ਆਪਾਂ ਇਹਨਾਂ ਦਾ ਕੰਸਰਨ ਕਰੀਏ ਸਪੈਕਟ੍ਰਮ ਕੀ ਹੁੰਦਾ ਸ਼ੇਡਸ ਵੈਰਾਈਟੀਆਂ ਆਫ ਸਮਥਿੰਗ ਸੋ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਕੀ ਹੈ ਇੱਕ એનર્ਜੀ ਦਾ ਸਪੈਕਟ੍ਰਮ ਹੈ ਇੱਕ ਵੇਵਸ ਦਾ ਸਪੈਕਟ੍ਰਮ ਹੈ ਵੇਵਸ ਦਾ ਵੇਵਸ ਦੀ ਵੈਰਾਈਟੀ ਹੈ ਵੇਵਸ ਵੇਵਸ ਕੀ ਹੁੰਦੀਆਂ ਨੇ ਆਪਾਂ ਸਮਝਦੇ ਹਾਂ ਤੁਸੀਂ ਵੇਵਸ ਇਹਨੂੰ ਆਸਾਨ ਸ਼ਬਦਾਂ 'ਚ ਗੱਲ ਕਰੀਏ ਜਿਹੜੀ ਇੱਕ ਐਗਜ਼ਾਮਪਲ ਇੱਕ ਐਨੈਲਜੀ ਹੈ ਜਿਵੇਂ ਤੁਸੀਂ ਆਪਾਂ ਪਾਣੀ ਦੇ ਵਿੱਚ ਪੱਥਰ ਸੁੱਟੀਏ ਤਾਂ ਉਹ ਜਿਹੜੀ ਲਹਿਰਾਂ ਉੱਠਦੀਆਂ ਨੇ ਉਹ ਇੱਕ ਵੇਵ ਦਾ ਫਾਰਮ ਨੇ ਉਹ ਉਹ ਕੀ ਹੋ ਰਿਹਾ ਟਰਾਂਸਫਰ ਏਨਰਜੀ ਟਰਾਂਸਫਰ ਹੋ ਰਹੀ ਹੈ ਜਿਹੜੀ ਕਿ ਆਪਾਂ ਜਿਵੇਂ ਪੱਥਰ ਸੁੱਟਿਆ ਉਹਦੇ ਨਾਲ ਉਹ ਏਨਰਜੀ ਕਨਵਰਟ ਹੋ ਰਹੀ ਹੋਈ ਤੇ ਉਹ ਵੇਵ ਫਾਰਮ ਦੇ ਵਿੱਚ ਟਰੈਵਲ ਕੀਤੀ ਹੈ ਸਾਇੰਸ ਦਾ ਮੰਨਣਾ ਹੈ ਕਿ ਜਿਹੜੀ ਏਨਰਜੀ ਹੈ ਦਾ ਟਰੈਵਲਸ ਇਨ ਟੂ ਫਾਰਮਸ ਏਨਰਜੀ ਦੋ ਫਾਰਮ ਦੇ ਵਿੱਚ ਨਾਲ ਟਰੈਵਲ ਕਰਦੀ ਹੈ ਵਨ ਇਜ਼ ਅ ਵੇਵ ਫਾਰਮ ਤੇ ਸੈਕੰਡ ਵਨ ਇਜ਼ ਪਾਰਟੀਕਲ ਫਾਰਮ ਤੇ ਐਜ਼ ਆਫ ਨਾਓ ਆਪਾਂ ਆਪਣੇ ਲੈਕਚਰ ਨੂੰ ਕੰਸਾਈਜ਼ ਕਰਾਂਗੇ ਫॉर ਵੇਵ ਫਾਰਮੈਟ ਕਿਉਂਕਿ ਪਾਰਟੀਕਲ ਫਾਰਮ ਜਿਹੜੀ ਹੈ ਉਹ ਆਪਣੇ ਉਸ ਤਰੀਕੇ ਨਾਲ ਐਗਜ਼ਾਮਸ ਰਿਲੇਵੈਂਟ ਨਹੀਂ ਹੈ ਪਾਰਟੀਕਲ ਫਾਰਮ ਜਿਹੜੀ ਹੈ ਫੋਟਨ ਐਂਡ ਆਲ ਉਹ ਥੋੜਾ ਟੈਕਨੀਕਲ ਕਨਸੈਪਟ ਆ ਜਾਊਗਾ ਉਹ ਆਪਾਂ ਕਿਸੇ ਹੋਰ ਲੈਕਚਰ ਦੇਖਾਂਗੇ ਬਟ ਐਜ਼ ਆਫ ਨਾਓ ਆਪਾਂ ਆਪਣੇ ਆਪ ਨੂੰ ਲਿミਟ ਕਰਾਂਗੇ ਵੇਵ ਸਮਝਣ ਲਈ ਤਾਂ ਵੇਵ ਕੀ ਹੈ ਇੱਕ ਫਾਰਮ ਹੈ ਇਨ ਵਿੱਚ ਥਰੂ ਵਿਚ એનર્ਜੀ ਟਰੈਵਲਸ ਤਾਂ ਕਿ એનર્ਜੀ ਟਰੈਵਲ ਦੀ ਕਰਵਾਂਦਿਕ ਫਾਰਮ ਇੱਕ ਮੀਡੀਅਮ ਹੈ ਇੱਕ ਮਾਧਿਅਮ ਹੈ ਜਿਹਦੇ ਨਾਲ એનર્ਜੀ ਟਰੈਵਲ ਕਰ ਹੁਣ ਆਪਾਂ ਤੁਸੀਂ ਸਪੈਕਟ੍ਰਮ ਵੀ ਸਮਝ ਕੇ ਸਪੈਕਟ੍ਰਮ ਕੀ ਹੈ ਇੱਕ ਵੈਰਾਈਟੀ ਇੱਕ ਕਾਈਂਡ ਆਫ ਡਿਸਟ੍ਰਿਬਿਊਸ਼ਨ ਤਾਂ ਇਸ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਦੇ ਵਿੱਚ ਆਪਾਂ ਵੇਵਜ਼ ਬਾਰੇ ਸਮਝਾਂਗੇ ਜਿਨ੍ਹਾਂ ਨਾਲ એનર્ਜੀ ਟਰੈਵਲ ਕਰਦੀ ਹੈ ਇਹ ਸਾਰੀਆਂ ਵੇਵਜ਼ ਨੇ ਵੱਖੋ-ਵੱਖਰੀਆਂ ਰੇਡੀਓ ਵੇਵਜ਼ ਮਾਈਕ੍ਰੋਵੇਵਜ਼ ਇਨਫਰਾ ਰੈਡ ਅਲਟਰਾਵਾਇਲਟ ਐਕਸ ਰੇਜ਼ ਗਾਮਮਰੇਜ਼ ਮੇਜਰ ਕਲਾਸੀਫਿਕੇਸ਼ਨ ਹੁਣ ਥੋੜਾ ਆਪਾਂ ਮੂਵ ਔਨ ਕਰਦੇ ਹਾਂ ਸਮਝਣ ਲਈ ਕੀ ਕਨਸੈਪਟ ਹੈ ਤਾਂ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਇਜ਼ ਅ ਰੇਂਜ ਆਫ 올 ਟਾਈਪਸ ਆਫ એનર્ਜੀ ਦੈਟ ਟਰੈਵਲ ਐਸ ਵੇਵਸ ਤਾਂ ਜਿਵੇਂ ਮੈਂ ਦੱਸਿਆ ਵੇਵ ਫਾਰਮ ਜਿਹੜੀ એનર્ਜੀ ਟ੍ਰੈਵਲ ਕਰਦੀ ਹੈ ਉਹ ਆਪਾਂ ਜ਼ਿਕਰ ਕਰਦੇ ਆ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਦੇ ਵਿੱਚ ਤੇ ਐਵੀਂ ਇੱਕ ਐਨਲੋਜੀ ਇਹ ਸਮਝਣ ਵਾਸਤੇ ਜਿਵੇਂ ਰੇਨਬੋ ਆਪਾਂ ਗੱਲ ਕਰੀਏ ਰੇਨਬੋ ਇੱਕ ਪਾਰਟਿਕੂਲਰ ਆਬਜੈਕਟ ਹੈ ਕਹਿ ਸਕਦੇ ਆ ਬਟ ਉਹ ਇੱਕ ਮੈਨੀਫੈਸਟੇਸ਼ਨ ਹੈ ਕੁਝ ਸਰਟਨ ਫੀਨੋਮੀਨਾਸ ਹੋਏ ਬਟ ਆਪਾਂ ਉਹਨੂੰ ਕੰਸੀਡਰ ਕਰੋ ਐਜ਼ ਅ ਪਾਰਟਿਕੂਲਰ ਆਬਜੈਕਟ ਵੀ ਠੀਕ ਹੈ ਰੇਨਬੋ ਇਜ਼ ਅ ਥਿੰਗ ਪਾਰਟਿਕੂਲਰ ਥਿੰਗ ਹੁਣ ਰੇਨਬੋ ਇੱਕ ਆਪਣੇ ਆਪ ਜੀ ਇੱਕ ਚੀਜ਼ ਬਣ ਗਈ ਬਟ ਜਿਹੜੇ ਉਹਦੇ ਵਿੱਚ ਕਲਰਸ ਨੇ ਰੰਗ ਨੇ ਜਿਨ੍ਹਾਂ ਨਾਲ ਉਹ ਬੰਦਾ ਹੈ ਉਹ ਡਿਵੀਜ਼ਨ ਕਿਵੇਂ ਕਰ ਰਹੇ ਆਪਾਂ ਆਬੀਅਸਲੀ ਆਪਾਂ ਵਿਜ਼ੀਬਲ ਦੇਖ ਕੇ ਵੀ ਉਹਨਾਂ 'ਚ ਫਰਕ ਹੈ ਹਨਾ ਉਹਨਾਂ ਦੇ ਜਿਹੜਾ ਹੈ ਉਹ ਸਪੈਕਟ੍ਰਮ 'ਚ ਫਰਕ ਹੈ ਤਾਂ ਹੀ ਆਪਾਂ ਦੇਖ ਪਾ ਰਹੇ ਹਾਂ ਉਹਨਾਂ ਦੇ ਵਿੱਚ ਵੀ ਅੱਛਾ ਓਕੇ ਉਹਨਾਂ ਦੇ ਟੈਕਨੀਕਲ ਫਰਕ ਨੇ ਵੀ ਆਹ ਰੰਗ ਰੈੱਡ ਹੈ ਬਲੂ ਹੈ ਵੈਲਟ ਹੈ ਤਾਂ ਇੱਕ ਤਰੀਕਾ ਹੈ ਉਹਨਾਂ ਨੂੰ ਡਿਫਰੈਂਸ਼ੀਏਟ ਕਰਵਾਉਣ ਦਾ ਰੇਨਬੋ ਦੇ ਵਿੱਚ ਸਿਮਿਲਰਲੀ ਔਰ ਇਹ ਆਪਾਂ ਦੇਖਾਂਗੇ ਵੈਰਾਈਟੀ ਆਫ ਵੇਵਸ ਨੇ ਜਿਹੜੇ ਕਿ ਸਪੈਕਟ੍ਰਮ ਦੇ ਵਿੱਚ ਆਪਾਂ ਪੜ੍ਹਾਂਗੇ ਉਹਨਾਂ ਬਾਰੇ ਸਮਝਾਂਗੇ ਵੇਵ ਦੀ ਇੱਕ ਬੇਸਿਕ ਤੁਸੀਂ ਰੀਡ ਕਰ ਸਕਦੇ ਹੋ ਇਹਦੇ ਵਿੱਚ ਗੱਲ ਇਦਾਂ ਹੈ ਕਿ ਵੀ ਵੇਵ ਜਿਹੜੀ ਹੈ ਵੇਵ ਹੁੰਦਾ ਕਿ ਇਹ ਵੇਵ ਜਿਵੇਂ ਤੁਹਾਨੂੰ ਦੱਸਿਆ ਇੱਕ ਫਾਰਮ ਹੈ ਇੱਕ ਵੇ ਹੈ ਆਫ એનર્ਜੀ ਟ੍ਰੈਵਲ ਇਹਦੇ ਵਿੱਚ ਆਪਾਂ ਹੁਣ ਵੇਵ ਬਣਾ ਕੇ ਦੇਖਦੇ ਹਾਂ ਇੱਕ ਤੁਹਾਨੂੰ ਐਗਜ਼ਾਮਪਲ ਦਿੰਨਾ ਮੈਂ ਕਿਵੇਂ ਆ ਦੇਖੋ 에 ਰਾਜੀ ਦੇਖੋ ਐਵੇਂ ਸ਼ੁਰੂ ਹੋ ਕੇ ਆ ਵੇਵ ਅਪ ਐਂਡ ਡਾਊਨ ਮੂਵ ਕਰੋ ਇਹ ਵੇਵ ਇੱਕ ਵੇਵ ਹੋਰ ਕੰਪਲੀਟ ਹੋ ਜਾਂਦੀ ਹੈ ਇਹ ਤੋਂ ਬਾਅਦ ਇਹ ਸੈਕਿੰਡ ਵੇਵ ਫਿਰ ਸ਼ੁਰੂ ਹੋਗੀ ਤਾਂ ਇਹ ਇੱਕ ਕੰਪਲੀਟ ਆਸੀਲੇਸ਼ਨ ਹੋ ਜਾਂਦੀ ਹੈ ਥਿਸ ਇਜ਼ ਅ ਕੰਪਲੀਟ ਵੇਵ ਹੁਣ ਦੋ ਕੌਨਸੀਕੂਟਿਵ ਵੇਵ ਪੀਕਸ ਦੀ ਜੀ ਆਪਾਂ ਗੱਲ ਕਰੀਏ ਤਾਂ ਜਿਹੜੀ ਆ ਲੈਂਥ ਹੈ ਥਿਸ ਇਸ ਕਾਲਡ ਵੇਵ ਲੈਂਥ ਇਹ ਦੂਜੀ ਵੇਵ ਸ਼ੁਰੂ ਹੋ ਗਈ ਸੇਮ ਐਮੀ ਥਿਸ ਇਸ ਕਾਲਡ ਵੇਵ ਲੈਂਥ ਇਹ ਤੁਹਾਨੂੰ ਯਾਦ ਕਰਨੀ ਇੰਪੋਰਟੈਂਟ ਚੀਜ਼ ਹੈ ਤੇ ਇਹ ਵੇਵ ਲੈਂਥ ਹੈ ਥਿਸ ਇਸ ਕਾਲਡ ਕ੍ਰੈਸਟ ਉੱਪਰਲੀ ਪੀਕ ਨੂੰ ਜਿਹੜੀ ਚੋਟੀ ਜਿਵੇਂ ਕਹਿੰਦੇ ਆ ਵੇਵ ਦੀ ਥਿਸ ਇਸ ਕਾਲਡ ਕ੍ਰੈਸਟ ਐਂਡ ਥਿਸ ਇਸ ਕਾਲਡ ਟਰਾਫ ਇਹ ਬੋਟਮ ਉਸ ਪੁਆਇੰਟ ਹੈ ਜਿਹੜਾ ਵੇਵ ਦਾ ਹੁਣ ਇਹ ਐਵੇਂ ਕਰਕੇ ਮੂਵ ਕਰਦੇ ਜਾਂਦੀਆਂ ਨੇ ਹੁਣ ਆਪ ਇੱਕ ਚੀਜ਼ ਸਮਝਣੀ ਹੈ ਫ੍ਰੀਕੁਐਂਸੀ ਐਂਡ ਵੇਵ ਲੈਂਥ ਦਾ ਰਿਲੇਸ਼ਨ ਹੁਣ ਜਿਵੇਂ ਆਪਾਂ ਕਿਹਾ ਵੀ ਆਪਾਂ ਰੇਨਬੋ ਦੇ ਵਿੱਚ ਕਲਰਸ ਦੇ ਬੇਸ ਤੇ ਅਰੇਂਜ ਕੀਤੇ ਵੀ ਡਿਫਰੈਂਸ਼ੀਏਟ ਕਲਰ ਹੈ ਹੁਣ ਵੇਵ ਦੀ ਬਹੁਤ ਸਾਰੀ ਪ੍ਰੋਪਰਟੀਆਂ ਨੇ ਕੋਈ ਵੇਵ ਲੰਬੀ ਹੋ ਸਕਦੀ ਹੈ ਵੇਵ ਲੈਂਥ ਹੈ ਐਮਪਲੀਟਿਊਡ ਕੀ ਹੈ ਉਚਾਈ ਕਿੰਨੀ ਹੈ ਵੇਵ ਦੀ ਆ ਚੀਜ਼ ਥਿਸ ਇਜ਼ ਕਾਲਡ ਐਮਪਲੀਟਿਊਡ ਐਮਪਲੀਟਿਊਡ ਹੈ ਹੁਣ ਗੱਲ ਇਦਾਂ ਹੈ ਪਰ ਬਹੁਤ ਸਾਰੀ ਕਲਾਸੀਫਿਕੇਸ਼ਨਸ ਨੇ ਪ੍ਰੋਪਰਟੀਆਂ ਨੇ ਹਰ ਚੀਜ਼ ਦੀ ਬਹੁਤ ਸਾਰੀ ਪ੍ਰੋਪਰਟੀਆਂ ਹੋ ਸਕਦੀਆਂ ਨੇ ਫੋਰ ਐਗਜ਼ਾਮਪਲ ਆਪ ਹਿਊਮਨਿੰਗਜ਼ ਦੀ ਗੱਲ ਲੈ ਕੇ ਚੱਲੀਏ ਤਾਂ ਕਿਸੇ ਦਾ ਫੋਰ ਐਗਜ਼ਾਮਪਲ ਹਾਈਟ ਹੋ ਸਕਦੀ ਹੈ ਹਾਈਟ ਇਜ਼ ਅ ਪ੍ਰੋਪਰਟੀ हेयर ਸਟਾਈਲ ਇਜ਼ ਅ ਪ੍ਰੋਪਰਟੀ हेयर ਕਲਰ ਇਜ਼ ਅ ਪ੍ਰੋਪਰਟੀ ਆਈ ਕਲਾਸ ਅ ਪ੍ਰੋਪਰਟੀ ਤਾਂ ਇਹ ਸਭ ਪ੍ਰੋਪਰਟੀਆਂ ਨਹੀਂ ਹਿਊਮਨ ਬੀings ਦੀਆਂ ਵੱਖ-ਵੱਖ ਜਿਹੜੀ ਡਿਫਰੈਂਸ਼ੀਏਟ ਕਰਉਂਦੀਆਂ ਨੇ ਬਟ ਆਪਾਂ ਕਿਸੇ ਇੱਕ ਪ੍ਰੋਪਰਟੀ ਦੇ ਨਾਲ ਉਸ ਆਰਡਰ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਫਾਰ ਐਗਜ਼ਾਮਪਲ ਆਪਾਂ ਅਰੇਂਜ ਕਰਦੀ ਹਿਊਮਨ ਬੀings ਨੂੰ ਇਨ ਦਾ ਫਾਰਮ ਆਫ ਇਨ ਅ ਵੇ ਆਫ ਹਾਈਟ ਫਰਮ ਅਸੈਂਡਿੰਗ ਟੂ ਡਿਸੈਂਡਿੰਗ ਵਿਛੋਟੀ ਤੋਂ ਵੱਡੀ ਹਾਈਟ ਦੇ ਨਾਲ ਅਰੇਂਜਮੈਂਟ ਹੋਇਆ ਹੋਇਆ ਹੈ ਕਲਾਸ ਅਸੈਂਬਲੀ ਜੇ ਆਪਾਂ ਸਕੂਲਸ ਖੜਦੇ ਆ ਤਾਂ ਖੜਦੇ ਸੀ ਕੋਈ ਨਹੀਂ ਮੇਰਾ ਕੋਈ ਯੰਗ ਫਰੈਂਡ ਨਹੀਂ ਹੋਊਗਾ ਇਸ ਵਜh ਦੇਖਣ ਵਾਲਾ ਬਾਕੀ ਜੇ ਕੋਈ ਹੈ ਤਾਂ ਉਹ ਵੀ ਬਹੁਤ ਵੈਲਕਮ ਨੇ बहुत अच्छी गल है इफ यू आर लर्निंग थिंग्स तो बट वो जो एक क्लासीफकेशन स्पैक्ट्रम तैयार हो रहा बेस्ड ऑन लेंथ हाइट सिमिलरली उरे आप प्रोपर्ट वेव दिया बहुत ने बट आप एक स्पैसीफिक चूज करा दैट इज़ फ्रीकुएंसी फ्रीकुएसी वुड बी यूज टू क्रिएट दिस स्पैक्ट्रम जो स्पैक्ट्रम आप क्रिएट करा वेवलैंथ का इलैक्ट्रोमैगनेटिक स्पैक्ट्रम आप फ्रीकुएसी की मदद क्रिएट करा हूँ तुम जिमें वेवलैंथ समझ गए हूँ आप समझते फ्रीकुएसी की चीज़ है की है जे आप कि भी एक पॉइंट बनाईए ਆਪ ਇੱਕ ਪੁਆਇੰਟ ਇਮੇਜਿਨ ਕਰੋ ਦਿਸ ਇਜ਼ ਅ ਪੁਆਇੰਟ ਇਹ ਬਹੁਤ ਸਾਰੀ ਦੇਖੋ ਵੇਵਸ ਕ੍ਰੋਸ ਕਰ ਰਹੀਆਂ ਨੇ ਤੁਸੀਂ ਇਧਰ ਫੋਕਸ ਕਰੋ ਰਾਈਟ ਸਾਈਡ ਤੇ ਆ ਬਹੁਤ ਸਾਰੀ ਜਿਹੜੀਆਂ ਨੇ ਵੇਵਸ ਕ੍ਰੋਸ ਕਰ ਰਹੀਆਂ ਨੇ ਏਟ ਪੁਆਇੰਟ ਪਾਰਟिकुलर ਪੁਆਇੰਟ ਹੁਣ ਆਪਾਂ ਸਪੋਜ਼ ਕਰੋ ਸਟਾਪਵਾਚ ਲੈ ਲਈਏ ਤੇ ਆਪਾਂ 5 ਸੈਕਿੰਡ ਲਈ ਟਾਈਮ ਨੋਟ ਕਰੀਏ ਤੇ 5 ਸੈਕਿੰਡ ਵਿੱਚ ਆਪਾਂ ਦੇਖਿਆ ਵੀ 20 ਵੇਵਸ ਕ੍ਰੋਸ ਕਰ ਗਈਆਂ ਬਟ ਇੱਕ ਵੇਵ ਇਸ ਤਰੀਕੇ ਦੀ ਹੈ ਥੋੜੀ ਜਿਹੀ ਲੰਬੀ ਹੈ ਵੇਵ ਲੈਂਥ ਜਿਹਦੀ ਵੱਧ ਹੈ ਤਾਂ ਸੇਮ ਟਾਈਮ ਦਿੱਤਾ ਆਪਾਂ 5 ਸੈਕਿੰਡ ਤਾਂ ਆਪਾਂ ਦੇਖਿਆ ਓਨਲੀ ਐਂਡ ਓਨਲੀ ਤਾ ਇੱਕ ਕਲੀਅਰ ਕਾਟਿਕ ਪਤਾ ਲੱਗਿਆ ਆਪਾਂ ਨੂੰ ਵੀ ਜਿਹੜੀ ਦਾ ਵੇਵ ਦੀ ਵੇਵ ਲੈਂਥ ਘੱਟ ਹੈ ਉਹਦੀ ਫ੍ਰੀਕੁਐਂਸੀ ਜ਼ਿਆਦਾ ਹੈ ਤਾਂ ਇੱਕ ਇਨਵਰਸ ਰਿਲੇਸ਼ਨਸ਼ਿਪ ਏਸਟੈਬਲਿਸ਼ ਹੁੰਦਾ ਹੈ ਵੇਵ ਲੈਂਥ ਵੇਵ ਲੈਂਥ ਐਂਡ ਵੇਵ ਲੈਂਥ ਐਂਡ ਕਿਦੇ ਨਾਲ ਫ੍ਰੀਕੁਐਂਸੀ ਦੇ ਨਾਲ ਫ੍ਰੀਕੁਐਂਸੀ ਜੇ ਵੱਧੂ ਤਾਂ ਵੇਵ ਲੈਂਥ ਆਬਵੀਅਸਲੀ ਘੱਟ ਹੀ ਹੋਊਗੀ ਜੇ ਵੇਵ ਲੈਂਥ ਵੱਧ ਹੈ ਤਾ ਫ੍ਰੀਕੁਐਂਸੀ ਘਟ ਜਾਣੀ ਹੈ ਤਾਂ ਆਪਾਂ ਫ੍ਰੀਕੁਐਂਸੀ ਬੇਸਡ ਤਾਂ ਫ੍ਰੀਕੁਐਂਸੀ ਤੁਸ ਸਮਝ ਕੇ ਹੋਣੀ ਵੀ ਨੰਬਰ ਆਫ ਔਸੀਲੇਸ਼ਨਸ ਨੰਬਰ ਆਫ ਵੇਵਸ ਜਿਹੜੀਆਂ ਕ੍ਰਾਸ ਕਰਦੀ ਹੈ ਇੱਕ ਪਰਟੀਕੂਲਰ ਟਾਈਮ ਦੇ ਵਿੱਚ ਤਾਂ ਆਪਾਂ ਇਹਨੂੰ ਐਵੇਂ ਜੇ ਟੈਕਨੀਕਲ ਸਮਝਦੇ ਆ ਤੁਸੀਂ ਫ੍ਰੀਕੁਐਂਸੀ ਇਜ਼ ਦਾ ਨੰਬਰ ਆਫ ਵੇਵਸ ਥੈਟ ਪਾਸ ਅ ਗਿਵ ਅ ਪੁਆਇੰਟ ਇਨ ਅ ਗਿਵਨ ਅਮਾਉਂਟ ਆਫ ਟਾਈਮ ਦਾ ਹਾਇਰ ਦਾ ਫ੍ਰੀਕੁਐਂਸੀ ਦਾ ਸ਼ਾਰਟਰ ਦਾ ਵੇਵ ਲੈਂਥ ਤਾਂ ਇਹ ਤੁਹਾਨੂੰ ਮੈਂ ਇਨਵਰਸ ਰਿਲੇਸ਼ਨਸ਼ਿਪ ਜਿਹੜਾ ਐ ਇਸਟੈਬਲਿਸ਼ ਕਰਵਾ ਕੇ ਦੱਸਿਆ ਤੇ ਹੁਣ ਆਪਾਂ ਕੁਝ ਮੇਜਰ ਵੇਵਜ਼ ਦੀ ਕਲਾਸੀਫਿਕੇਸ਼ਨ ਦੇਖਦੇ ਮੈਕਸਮ ਵੇਵ ਲੈਂਥ ਹੁਣ ਵੇਵ ਲੈਂਥ ਕੀ ਹੈ ਸਭ ਤੋਂ ਬੜੀ ਹੈ ਹੁੰਦੀ ਹੈ ਰੇਡੀਓ ਵੇਵਸ ਦੀ ਕਿਉਂਕਿ ਓਬਵੀਅਸਲੀ ਰੇਡੀਓ ਇਹੀ ਉਹੀ ਰੇਡੀਓ ਜਿਹੜਾ ਆਪਾਂ ਸੁਣਦੇ ਆਂ ਸੇਮ ਰੇਡੀਓ ਜਿਹੜਾ ਆਪਾਂ ਯੂਜ਼ ਕਰਦੇ ਆਂ ਕਮਿਊਨੀਕੇਸ਼ਨ ਲਈ ਜਿਹੜਾ ਆਪਣੇ ਟੈਲੀਕਮਿਊਨੀਕੇਸ਼ਨ ਜਿਹੜਾ ਆਪਾਂ ਕਰਦੇ ਆਂ ਘਰੇ ਜਿਵੇਂ ਆਪਣੇ ਡਿਸ਼ਸ ਵਗੈਰਾ ਲੱਗੇ ਹੁੰਦੇ ਨੇ 댓 ਆਲਸੋ ਯੂਜ਼ ਇਸ ਰੇਡੀਓ ਵੇਵਸ ਉਹ ਵੀ ਰੇਡੀਓ ਵੇਵ ਟੈਕਨੋਲੋਜੀ ਨਾਲ ਹੀ ਚੱਲ ਰਿਹਾ ਹੈ ਰੇਡੀਓ ਦਾ ਮਤਲਬ ਕੱਲਾ ਰੇਡੀਓ ਸੁਣਨਾ ਨਹੀਂ ਜਿਹੜਾ ਐਫਐਮ ਰੇਡੀਓ ਹੁੰਦਾ ਸੀ ਕੱਲਾ ਉਹੀ ਰੇਡੀਓ ਨਹੀਂ ਰੇਡੀਓ ਮੀਨਸ ਕਮਿਊ ਜਿਹੜਾ ਹੋਸਟ ਸਟੇਸ਼ਨ ਹੈ ਉਹ ਕਿਤੇ ਹੋਰ ਹੈ ਕਾਫੀ ਕਿਲੋਮੀਟਰਸ ਅਵੇ ਫਰਮ ਅ ਪਾਰਟिकुलर ਪਲੇਸ ਹੈ ਤੇ ਐਂਡ ਰੀਸੀਵਰਸ ਆਰ ਵੇਰੀਅਸ ਵੈਰੀ ਫਾਰ ਫਰਮ ਦੀ ਹੋਸਟ ਸਟੇਸ਼ਨਸ ਤਾਂ ਇਹ ਆਪਣੇ ਆਪਣੀ ਵੇਵ ਲੈਂਥ ਆਪਾਂ ਨੂੰ ਵੱਧ ਚੀਜ਼ ਚਹੀਦੀ ਆ ਬਰੇ ਤਾਂ ਹਰ ਚੀਜ਼ ਦਾ ਦੇਖੋ ਆਪਣਾ ਯੂਜ਼ ਹੈ ਕੋਈ ਗੁੱਡ ਐਂਡ ਬੈਡ ਨਹੀਂ ਹੁੰਦਾ ਤਾਂ ਸਿਮਿਲਰਲੀ ਰੇਡੀਓ ਵੇਵਸ ਆਰ ਦੋਜ਼ ਵੇਵਸ ਵਿਚ ਹੈਵ ਅ ਵੈਰੀ ਲਾਰਜ ਅਮਾਉਂਟ ਆਫ ਵੇਵ ਲੈਂਥ ਤੇ ਉਹ ਆਪਾਂ ਯੂਜ਼ ਕਰਦੇ ਆ ਫॉर ਟੈਲੀਕਮਿਊਨੀਕੇਸ਼ਨ ਪਰਪਸਿਜ਼ ਲਾਈਕ ਰੇਡੀਓਸ ਐਂਡ ਟੈਲੀਵਿਜ਼ਨ ਐਂਡ ਆਲ हूँ लेंथ सकती है तुम तो इमेजिन करो बहुत स्का स्कैपर जी लंबी लंबी बिल्डिंग्स नहीं होंगे बड़ी बड़ी एनिया एनी दू व्डी वो लेंथ हो सकती है एक वेव तो दूजी वेव आही वाली मतलब कि एक करैश तो दूजी करैश्च एक पीक तो दूजी पीक एक तो दूजी चोटी बीच बिल्डिंग जिनी देखो आ बिल्डिंग बना दो आ बिल्डिंग है एंडी लेंथ सैकेंड वन माइक्रोवेव ए शॉर्टर ओबियसली रेडियोवेवस तो ਬਟ ਸਟਿਲ ਥੋੜੀ ਜਿਹੀ ਵੇਵ ਲੈਂਥ ਵੱਧ ਹੁੰਦੀ ਹੈ ਤਾਂ ਇਹਨਾਂ ਨੂੰ ਆਪਾਂ ਪਤਾ ਹੀ ਹੈ ਆਪਾਂ ਯੂਜ਼ ਕਰਦੇ ਆਂ ਫਰ ਕੁਕਿੰਗ ਪਰਪਸਸਿਸ ਤੇ ਰੈਡਾਰ ਰੈਡਾਰ ਹੁੰਦਾ ਜਦੋਂ ਡਿਟੈਕਟ ਕਰਦੇ ਆਂ ਆਪਾਂ ਐਨੀਮੀ ਆਬਜੈਕਟਸ ਔਰ ਆਦਰਵਾਈਜ਼ ਆਪਨੇ ਨਾਰਮਲ ਜਿਹੜੇ ਐਨੀਮੀ ਆਬਜੈਕਟਸ ਨਹੀਂ ਹੁੰਦੇ ਟੂ ਆਇਡੈਂਟੀਫਾਈ ਕੀ ਕੀ ਚੱਲ ਰਿਹਾ ਹੈ ਆਊਟਰ ਸਪੇਸ ਪਰ ਕਰਾਦੇ ਵਿੱਚ ਥਰਡ ਵਨ ਇਜ਼ ਵਿਜ਼ੀਬਲ ਲਾਈਟ ਤੁਸੀਂ ਇਹ ਸਭ ਤੋਂ ਬਾਅਦ ਇਹਦੇ ਨਾਲ ਬਾਰੇ ਜਾਣਦੇ ਹੋ ਵਿਜ਼ੀਬਲ ਲਾਈਟ ਉਹ ਜਿਹੜੀ ਤੁਸੀਂ ਦੇਖ ਪਾ ਰਹੇ ਹੋ ਜਿਹਦੇ ਕਰਕੇ ਆਪਾਂ ਵੀਡੀਓ ਦੇਖ ਪਾ ਰਹੇ ਆਂ ਵਿਜ਼ੀਬਲ ਲਾਈਟ ਇੱਕ ਸਪੈਸਿਫਿਕ ਸਪੈਕਟਰਮ ਹੈ ਜਿਹਦੇ ਨਾ ਲੈਫਟ ਨਾ ਰਾਈਟ ਮਤਲਬ ਕਿ ਜੇ ਵੇਵ ਲੈਂਥ ਵੱਧ ਜੇ ਤਾਂ ਵੀ ਆਪਾਂ ਦੇਖ ਨਹੀਂ ਸਕਦੇ ਹੁੰਦੇ ਜੇ ਵੇਵ ਲੈਂਥ ਘਟ ਜੇ ਤਾਂ ਵੀ ਆਪਾਂ ਦੇਖ ਨਹੀਂ ਸਕਦੇ ਇੱਕ ਬਹੁਤ ਥਿਨ ਸਪੈਕਟਰਮ ਹੈ ਥਿਨ ਸਪੇਸ ਵਿੱਚ ਆਪਾਂ ਦੇਖ ਸਮਝ ਸਕਦੇ ਹਾਂ ਚੀਜ਼ਾਂ ਨੂੰ ਤੇ ਉਹ ਦੈਟ ਇਜ਼ ਕਾਲਡ ਵਿਜ਼ੀਬਲ ਲਾਈਟ ਜਿਹੜਾ ਵਿਪ ਕੀ ਹੋ ਰਿਹਾ ਉਹਦੇ ਵਿੱਚ ਆਉਂਦਾ ਨੈਕਸਟ ਇਜ਼ ਅਲਟਰਾਵੋਲਟ ਰੇਡੀਏਸ਼ਨ ਹੁਣ ਦੇਖੋ ਇਹਨੂੰ ਯਾਦ ਕਿਵੇਂ ਰੱਖਣਾ ਅਲਟਰਾ ਆਪਾਂ ਜਿਵੇਂ ਗੱਲ ਕੀਤੀ ਵੀ ਫ੍ਰੀਕੁਐਂਸੀ ਬੇਸਡ ਕਲਾਸੀਫਿਕੇਸ਼ਨ ਹੈ ਤਾਂ ਇਨਫਰਾਇਰੈਡ ਪਹਿਲਾਂ ਆਊਗਾ ਅਨ ਇਨ ਅਲਟਰਾ ਬਾਅਦ ਆਊਗਾ ਅਲਟਰਾ ਮੀਨਸ ਅਲਟਰਾ ਮੀਨਸ ਤੁਸੀਂ ਅ ਜਿਵੇਂ ਫੋਨਸ ਆਉਂਦੇ ਨੇ আল্ট্রা আল্ট্রা ਇੱਕ ਐਜ਼ ਅ ਵਰਡਸ ਮਤਲਬ ਕਿ ਇਹ প্রো হাই ਲੈਵਲ ਤਾਂ আল্ট্রা ਮਤਲਬ ਹਾਈ ਲੈਵਲ ਰੇਡੀਏਸ਼ਨ ਮਨ ਉਰੇ হাই ਲੈਵਲ ਕੀ ਹੈ ਫ੍ਰੀਕੁਐਂਸੀ ਵਧਦੀ ਜਾ ਰਹੀ ਹੈ ਤੁਸੀਂ ਦੇਖੋਗੇ ਫ੍ਰੀਕੁਐਂਸੀ ਫ੍ਰੋਮ ਲੋਏਸਟ ਪੁਆਇੰਟ ਵਧਦੀ ਜਾ ਰਹੀ ਹੈ ਅਸੈਂਡਿੰਗ ਆਰਡਰ ਦੇ ਵਿੱਚ ਕਲਾਸੀਫਿਕੇਸ਼ਨ ਹੈ ਛੋਟੀ ਤੋਂ ਘੱਟ ਤੋਂ ਵੱਧ ਫ੍ਰੀਕੁਐਂਸੀ ਵਧਦੀ ਜਾ ਰਹੀ ਹੈ আলਟਰਾ ਵਾਇਲਟ ਰੇਡੀਏਸ਼ਨ ਜਿਹੜੀਆਂ ਨੇ ਉਹ ਯੂਜ਼ ਕੀਤੀ ਜਾਂਦੀਆਂ ਨੇ ਡਿਸਇਨਫੈਕਟ ਕਰਨ ਲਈ ਠੀਕ ਹੈ ਇਹ ਆਪਾਂ ਯੂਜ਼ ਕਰਦੇ ਆਂ ਤੇ ਤੁਸੀਂ ਮੇਬੀ ਦੇਖਿਆ ਹੋਵੇ ਇੱਕ ਸੈਂਟਰਸ ਵੀ ਹੁੰਦੇ ਨੇ ਇੰਡੀਆ ਦੇ ਵਿੱਚ ਸ਼ਾਇਦ ਘੱਟ ਨੇ ਬਟ ਫੋਰਨ ਕੰਟਰੀਸ ਆਪਾਂ ਦੇਖਦੇ ਆਂ ਸੈਂਟਰਸ ਹੁੰਦੇ ਨੇ ਜਿੱਥੇ ਟੈਨਿੰਗ ਪਰਪਸਿਜ਼ ਲਈ ਯੂਜ਼ ਕਰਦੇ ਨੇ ਇੱਕ ਸੈਂਟਰ ਜਿਹੜਾ ਹੁੰਦਾ ਉਹਦੇ ਵਿੱਚ ਡਿਵਾਈਸ ਹੁੰਦਾ ਉਹਦੇ ਵਿੱਚ ਆਪਾਂ ਲੇਟ ਸਕਦੇ ਆਂ ਤੇ ਉਹ ਅਲਟਰਾਵੋਲਟ ਰੇਡੀਏਸ਼ਨ ਯੂਜ਼ ਕਰਦੇ ਨੇ ਫॉर ਟੈਨਿੰਗ ਉਸ ਤੋਂ ਅੱਗੇ ਆ ਜਾਂਦੀ ਐਕਸ ਰੇਸ ਇਹ ਉਸ ਤੋਂ ਵੀ ਸ਼ਾਰਟਰ ਹੈ ਆਬਵੀਅਸਲੀ ਵੇਵ ਲੈਂਥ ਇਹਨਾਂ ਦੀ ਤੇ ਫ੍ਰੀਕੁਐਂਸੀ ਵੱਧ ਹੈ ਤੇ ਤੁਸੀਂ ਜਾਣਦੇ ਹੀ ਹੋ ਸਕੈਨਿੰਗ ਲਈ ਯੂਜ਼ ਕਰਦੇ ਆਂ ਆਪਾਂ ਓਵਰਆਲ ਜਿਹੜੀ ਰੇਲਵੇ ਸਟੇਸ਼ਨਸ ਤੇ 에어ਪੋਰਟ ਤੇ ਯੂਜ਼ ਕੀਤੀ ਜਾਂਦੀ ਹੈ ਤਾਂ ਐਂਡੀਐਸਪੀ ਅੱਜਕੱਲ ਫੇਮਸ ਹੋ ਗਿਆ ਤੇ ਸੈਕੰਡ ਇਜ਼ ਆਬਵੀਅਸਲੀ ਮੈਡੀਕਲ ਇਮੇਜਿੰਗ ਦੇ ਲਈ ਯੂਜ਼ ਕਰਦੇ ਆਂ ਟੂ ਫਾਈਂਡ ਡਿਫੈਕਟਸ ਐਂਡ ਕੋਈ ਵੀ ਡਿਸਆਰਡਰ ਜਿਹੜਾ ਬਾਡੀ ਦੇ ਵਿੱਚ ਆਉਂਦਾ ਆਂ ਲਾਸਟ ਬਟ ਨੋਥ ਦੀ ਲਿਸਟ ਇਜ਼ ਗਾਮਰੀਜ਼ ਜਿਹੜੀਆਂ ਨੇ ਇਹਨਾਂ ਦਾ ਆਬਵੀਅਸਲੀ ਫੇਰ ਸਪੇਸ ਲੈਂਥ ਘਟਦੀ ਜਾ ਰਹੀ ਹੈ ਤੇ ਵੇਵ ਫ੍ਰੀਕੁਐਂਸੀ ਵੱਧਦੀ ਜਾ ਰਹੀ ਹੈ ਇਹਨਾਂ ਨੂੰ ਬੇਸਿਕਲੀ ਯੂਜ਼ ਕਰਦੇ ਆਂ ਪਰ ਟੂ ਹਿਟ ਦੀ ਆਬਜੈਕਟਸ ਮਤਲਬ ਕਿ ਕੈਂਸਰ ਟ੍ਰੀਟਮੈਂਟ ਲਈ ਯੂਜ਼ ਕਰ ਰਹੇ ਆਂ ਪਰ ਜਿਹੜੇ ਕੈਂਸਰ ਸੈਲ ਬਟ ਇਹਦੀ ਪ੍ਰੋਪਰਟੀ ਜੇ ਤੁਸੀਂ ਸੋਚੋ ਇੰਨਾ ਛੋਟੀ ਹੋ ਗਈ ਵੇਵ ਲੈਂਥ ਵੀ ਆਪਾਂ ਇੰਨੇ ਕ اٹੋਮਿਕ ਲੈਵਲ ਤੇ ਚਲੇ ਗਏ ਵੀ ਆਪਾਂ ਸੈਲਸ ਨੂੰ ਹਿੱਟ ਕਰ ਰਹੇ ਹਾਂ ਚੀਜ਼ਾਂ ਨੂੰ ਹਿੱਟ ਕਰ ਰਹੇ ਹਾਂ ਆਪਾਂ ਬਿਮਾਰੀ ਠੀਕ ਕਰਨ ਦੇ ਲਈ ਔਰ ਇਸ ਸਪੈਸੀਫਿਕਲੀ ਕਿਉਂ ਕੈਂਸਰ ਸੈਲਸ ਨੂੰ ਆਪਾਂ ਰੋਕਣਾ ਹੁੰਦਾ ਮਾਰਨਾ ਹੁੰਦਾ ਤਾਂ ਇਹ ਪਰਪਸ ਹੁੰਦਾ ਹੋਪ ਤੁਸੀਂ ਇਸ ਚੀਜ਼ ਤੋਂ ਕਲੀਅਰ ਹੋ ਗਏ ਹੋਗਾ ਤੁਹਾਨੂੰ ਸਾਰੀ ਸਟੋਰੀ ਬਸ ਇੱਕ ਚੀਜ਼ ਇਹ ਜ਼ਰੂਰ ਦੇਖ ਲਿਓ ਜਿਹੜਾ ਵਿਬ ਗਿਓਰ ਅਕਸਰ ਫੇਮਸ ਆਪਾਂ ਵਿਬ ਗਿਓਰ ਬੋਲਦੇ ਹਾਂ ਵਿਬ ਗਿਓਰ ਐਵੇਂ ਬੋਲਦੇ ਨਾ ਵਿਬ ਗਿਓਰ ਇਹ ਆਪਣੇ ਸੈਵਨ ਜਿਹੜੇ ਮੇਜਰ ਕਲਰ ਜਦੋਂ ਸਾਰਾ ਸਪੈਕਟ੍ਰਮ ਕਲਰਸ ਦਾ ਫਾਰਮ ਹੁੰਦਾ ਤਾਂ ਰੈੱਡ ਆਪਾਂ ਰਾਈਟ ਮੋਰ ਰਿ ਹੈ ਵਾਇਲਟ ਇੰਡੀਗੋ ਬਲੂ ਗ੍ਰੀਨ yellow orange to red ਤਾਂ ਜਿਹੜਾ ਰੈੱਡ ਹੈ ਉਹ ਰੈੱਡ ਐਚੁਅਲ ਚ ਇਨਫਰਾ ਰੈੱਡ ਨਾਲ ਵਾਲੀ ਸਾਈਡ ਹੀ ਰੱਖਣਾ ਹੈ ਉਹ ਚੀਜ਼ ਕਈ ਵਾਰ ਕਨਫਿਊਜ਼ਨ ਹੋ ਜਾਂਦੀ ਹੈ ਵੀ ਇਹ ਐਚੁਅਲ ਚ ਪੁੱਠਾ ਹੈ ਇਹ ਤਾਂ ਥੋੜਾ ਜਿਹਾ ਪੜ੍ਹਨ ਦੇ ਵਿੱਚ ਈਜ਼ੀ ਰਹਿੰਦਾ दैट इज ਵਾਈ ਆਪਾਂ ਇਹਨੂੰ ਐਵੇਂ ਪੜ੍ਹ ਲੈਂਦੇ ਆ ਆਦਰਵਾਇਜ਼ ਜੇ ਆਪਾਂ ਇਸ ਕਲਾਸੀਫਿਕੇਸ਼ਨ ਅਕੋਰਡਿੰਗ ਚ ਚੱਲਦੇ ਆਂ ਹਾਂ ਜੇ ਤੁਸੀਂ ਕਲਾਸੀਫਿਕੇਸ਼ਨ ਉਲਟੀ ਕਰ ਦਿੰਦੇ ਹੋ ਮਤਲਬ ਕਿ ਫ੍ਰੀਕੁਐਂਸੀ ਲੋਅਸਟ ਤੋਂ ਅੱਗੇ ਹਾਈਐਸਟ ਜਾ ਰਹੇ ਹੋ ਸ ਅ ਫ੍ਰੀਕੁਐਂਸੀ ਫ੍ਰੋਮ ਲੀਸਟ ਤੋਂ ਹਾ ਹ ਮੈਕਸਿਮਮ ਟੂ ਲੋਇਸਟ ਜਾ ਰਹੇ ਹੋ ਤਾਂ ਤੁਸੀਂ ਵੇਵ ਗ੍ਰਾਫ ਪੜ ਸਕਦੇ ਹੋ ਇਹ ਧਿਆਨ ਰੱਖਣਾ ਹੈ ਰੈੱਡ ਵਾਲੀ ਸਾਈਡ ਆ ਰਹਾਗਾ ਜਿੱਥੇ ਇਨਫਰਾ ਰੈੱਡ ਆ ਗਿਆ ਨਾ ਇਹਦਾ ਇੱਕ ਟ੍ਰਿਕ ਹੈ ਸ਼ਾਰਟ ਟ੍ਰਿਕ ਵੀ ਇਨਫਰਾ ਰੈੱਡ ਦੀ ਸਾਈਡ ਰੈੱਡ ਲੱਗੂਗਾ ਤੇ ਅਲਟਰਾਵਾਇਲਟ ਵਾਇਲਟ ਆ ਗਿਆ ਦੇਖੋ ਤਾਂ ਇਹਨਾਂ ਚ ਆਪਣੇ ਆਪ ਹੀ ਕਲੀਅਰ ਹੋਏਗਾ ਇਹ ਧਿਆਨ ਰੱਖਣੀ ਹੈ ਤਾਂ ਇਹ ਵੇਵ ਗ੍ਰਾਫ ਉਰੇ ਐਵੇਂ ਹੈ ਬਸ ਇਹ ਚੀਜ਼ ਧਿਆਨ ਰੱਖਣ ਵਾਲੀ ਸੀ ਤਾਂ ਕਿ ਤੁਸੀਂ ਕਨਫਿਊਜ਼ ਨਾ ਹੋ बस यही सगा इलेक्ट्रोमैग्नेटिक स्पेक्ट्रम बारे बाकी होर डिटेल्स जानना होू कैन कमेंट कोई डाउट होमेंट कर सकते हो नीचे बाकी साइ वेरीयस कोर्सिज चल रहे हैं कोई भी कोर्स ज्वाइन करना होर अपकमिंग पी सी एस और यू बी एस सी यू कैन कॉन्टैक्ट द गिवन नंबर दैट इज़ नाइन जीरो फोर डबल वन ट्रिपल थ्री डबल फोर थोड़ी स्क्रीन से फ्लैश हो रहे, है तो भी क्वेरी कर सदते पता कर सकते करंट बैचेज़ तो थैंक यू नैक्सट वीडियो जब मिलेंगे होप अपनी तैयारी करते रहो ਤਿਆਰੀ ਨੂੰ ਆਪਣਾ ਇੱਕ ਪੋਜ਼ਿਟਿਵ ਸੈਂਸ ਦੇ ਨਾਲ ਆਪਾਂ ਮੂਵ ਕਰਾਣਾ ਤੇ ਚੀਜ਼ਾਂ ਸੌਖੀਆਂ ਨੇ ਬਟ ਇਟ ਜਸਟ ਰਿਕਵਾਇਰਸ ਕਨਸਟੈਂਟ ਐਫਰਟ ਕਰਦੇ ਰਹੋ ਤੇ ਆਪਣੇ ਨਾਲ ਪੀਅਰ ਗਰੁੱਪਸ ਦੇ ਨਾਲ ਹੈਪੀ ਰਹੋ ਨਾਲ ਇੱਕ ਦੂਜੀ ਦੀ ਹੈਲਪ ਲੈ ਕੇ ਇੱਕ ਦੂਜੀ ਦੀ ਹੈਲਪ ਕਰਕੇ ਇਹ ਜਰਨੀ ਜਿਹੜੀ ਹੈ ਕ੍ਰੋਸ ਹੋ ਜਾਂਦੀ ਹੈ ਥੈਂਕ ਯੂ ਸੋ ਮੱਚ